ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 7ਵੀਂ ਤੇ ਆਖਰੀ ਗੇੜ ਦਾ મતદાન 1 ਜੂਨ ਨੂੰ ਹੋਵੇਗਾ। ਸੂਬੇ ਵਿੱਚ ਕੁੱਲ 2 ਕਰੋੜ 12 ਲੱਖ 71 ਹਜ਼ਾਰ ਤੋਂ ਵੱਧ ਮਤਦਾਤਾ ਨੇ। ਇਸ ਵਾਰ ਚੋਣ ਕਮਿਸ਼ਨ ਨੇ ਵੋਟਰ ਬਣਨ ਦੀ ਆਖਰੀ ਤਾਰੀਖ April 2024 ਰੱਖੀ ਹੈ। ਸਾਲ 2019 ਵਿੱਚ ਹੋਈਆਂ ਆਮ ਚੋਣਾਂ ਦੇ ਮੁਕਾਬਲੇ ਹੁਣ ਸੂਬੇ ਵਿੱਚ ਵੋਟਰਾਂ ਦੀ ਗਿਣਤੀ ਵਿੱਚ 378 ਹਜ਼ਾਰ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਿੱਚ ਵਿਸ਼ੇਸ਼ ਕਰਕੇ ਮਹਿਲਾ ਵੋਟਰਾਂ ਦੀ ਗਿਣਤੀ 224 ਹਜ਼ਾਰ ਤੋਂ ਵੱਧ ਰਹੀ ਹੈ। ਸੂਬੇ ਵਿੱਚ 13 ਲੋਕ ਸਭਾ ਚੋਣ ਖੇਤਰਾਂ ਵਿੱਚ ਵੋਟਰਾਂ ਦੀ ਸਭ ਤੋਂ ਵੱਧ ਗਿਣਤੀ ਪਟਿਆਲਾ ਲੋਕ ਸਭਾ ਚੋਣ ਖੇਤਰ ਵਿੱਚ 1787000 ਤੋਂ ਵੱਧ ਹੈ ਜਦਕਿ ਘਟ ਗਿਣਤੀ ਦੇ لحاظ ਨਾਲ ਸੰਗਰੂ ਚੋਣ ਖੇਤਰ ਹੈ ਜਿਸ ਵਿੱਚ ਵੋਟਰਾਂ ਦੀ ਗਿਣਤੀ 1550000 ਤੋਂ ਵੱਧ ਹੈ